ਅਮ੍ਰਿਤਸਰ ਜਮਨਾਨਗਰ ਐਕਸਪ੍ਰੈਸ ਵੇ ਇਹਦੀ ਲੰਬਾਈ 1257 ਕਿਲੋਮੀਟਰ ਹੈ ਇਹ ਇੰਡੀਆ ਦਾ ਤੀਜਾ ਸਭ ਤੋਂ ਲੰਬਾ ਐਕਸਪ੍ਰੈਸ ਵੇ ਹੋਵੇਗਾ ਇਹਦੀ ਲਾਗਤ ਆਈ ਹੈ 80000 ਕਰੋੜ ਰੁਪਏ ਇਹ ਪੰਜਾਬ ਹਰਿਆਣਾ ਗੁਜਰਾਤ ਤੇ ਰਾਜਸਥਾਨ ਚਾਰਾਂ ਸਟੇਟਾਂ ਨੂੰ ਆਪਸ ਵਿੱਚ ਵੀ ਮਿਲਾ ਰਿਹਾ ਹੈ ਇਹ ਭਾਰਤ ਮਾਲਾ ਤੇ ਅਮ੍ਰਿਤਸਰ ਜਮਨਾਨਗਰ ਇਕਨੋਮਿਕ ਕੋਰੀਡੋਰ EC3 ਦਾ ਹਿੱਸਾ ਵੀ ਹੈ ਹੁਣ ਅਮ੍ਰਿਤਸਰ ਤੋਂ ਜਮਨਾਨਗਰ 26 ਘੰਟੇ ਦੀ ਥਾਂ ਤੇ 13 ਘੰਟੇ ਦੇ ਵਿੱਚ ਸਫਰ ਕਵਰ ਹੋ ਸਕਦਾ ਹੈ ਇਹ ਐਕਸਪ੍ਰੈਸ ਵੇ ਤੇ ਨ ਵੱਡੀ ਆਇਲ ਰਿਫਾਇਨਰੀਜ਼ ਐਚ ਐਮ ਇ ਐਲ ਬਠਿੰਡਾ ਐਚ ਪੀ ਸੀ ਐਲ ਬਾਰਮਰ ਤੇ ਆਰ ਆਈ ਐਲ ਜਮਨानगर ਨੂੰ ਵੀ ਆਪਸ ਵਿੱਚ ਜੁੜੇਗਾ ਤੇ ਇਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੇ ਸੂਰਤਗੜ ਸੁਪਰ ਥਰਮਲ ਪਾਵਰ ਪਲਾਂਟ ਨੂੰ ਵੀ ਆਪਸ ਵਿੱਚ ਜੁੜੇਗਾ